ਕਲੋਨਾਈਜ਼ਰ, ਪ੍ਰਾਈਵੇਟ ਕਲੋਨਾਈਜ਼ਰ ਅਤੇ ਪ੍ਰਾਈਵੇਟ ਬਿਲਡਰਾਂ ਵੱਲੋਂ ਆਪਣੀਆਂ ਕਲੋਨੀਆਂ ਦੀ ਵੱਖ ਵੱਖ ਤਰੀਕੇ ਨਾਲ ਇਸ਼ਤਿਹਾਰਬਾਜ਼ੀ ਕਰਾ ਕੇ ਲੋਕਾਂ ਨੂੰ ਮਹਿੰਗੇ ਰੇਟਾਂ 'ਤੇ ਪ੍ਰੋਪਰਟੀ ਤਾਂ ਵੇਚੀ ਜਾਂਦੀ ਹੈ ਅਤੇ ਦਾਅਵੇ ਵੀ ਕੀਤੇ ਜਾਂਦੇ ਨੇ ਕਿ ਹਾਈ ਸਿਕਿਉਰਿਟੀ ਕਲੋਨੀਆਂ ਦੇ ਵਿੱਚ ਮਿਲੇਗੀ ਅਤੇ ਲੋਕ ਸੁਰੱਖਿਅਤ ਰਹਿਣਗੇ, ਪਰ ਇਹਨਾਂ ਕਲੋਨੀਆਂ ਦੇ ਵਿੱਚ ਵੀ ਲੋਕ ਹੁਣ ਸੁਰੱਖਿਅਤ ਨਜ਼ਰ ਨਹੀਂ ਆ ਰਹੇ ਨੇ। ਤਾਂ ਦੱਸ ਦਈਏ ਕਿ ਮਾਮਲਾ ਪੋਸ਼ ਇਲਾਕਾ, ਲੁਧਿਆਣੇ ਦੇ ਪੋਸ਼ ਇਲਾਕੇ 'ਚ ਸਾਊਥ ਸਿਟੀ ਕੋਲ ਨਜ਼ਦੀਕ ਇੱਕ ਗੇਟਿਡ ਕਲੋਨੀ ਦਾ ਸਾਹਮਣੇ ਆ ਰਿਹਾ, ਜਿੱਥੇ ਇੱਕ ਗੱਡੀ ਦੇਰ ਰਾਤ ਇੱਕ ਗੱਡੀ ਚੋਰੀ ਹੋ ਜਾਂਦੀ ਹੈ, ਤਾਂ ਜਿਸ ਤੋਂ ਬਾਅਦ ਮੌਕੇ 'ਤੇ ਪੁਲਿਸ ਵੀ ਪਹੁੰਚਦੀ ਹੈ ਅਤੇ ਪੁਲਿਸ ਵੱਲੋਂ ਜਦੋਂ ਪੁਲਿਸ ਕੋਲ ਮਾਮਲਾ ਪਹੁੰਚਦਾ ਹੈ ਤਾਂ ਪੁਲਿਸ ਵੱਲੋਂ ਇਸ ਗੱਡੀ ਦੀ ਭਾਲ ਵੀ ਕੀਤੀ ਜਾਂਦੀ ਹੈ। ਤਾਂ ਜਿਸ ਤੋਂ ਬਾਅਦ ਦੱਸੀਏ ਕਿ ਅਕਸਰ ਹੀ ਇਸ ਕਲੋਨੀ ਦੇ ਵਿੱਚ ਜਿਹੜੀ ਵੀ ਵਹੀਕਲ ਆਉਂਦੇ ਨੇ ਉਹਨਾਂ ਦੇ ਆਉਣ ਅਤੇ ਜਾਣ ਦਾ ਸਮਾਂ ਅਤੇ ਨੰਬਰ ਦੋਵੇਂ ਨੋਟ ਕੀਤੇ ਜਾਂਦੇ ਨੇ। ਇਸ ਦੇ ਬਾਵਜੂਦ ਵੀ ਇਸ ਹਾਈ ਸਿਕਿਉਰਿਟੀ ਗੇਟਿਡ ਕਲੋਨੀ ਦੇ ਵਿੱਚ ਦੇਰ ਰਾਤ ਗੱਡੀ ਚੋਰੀ ਹੋ ਜਾਂਦੀ ਹੈ, ਜਿਸ ਤੋਂ ਬਾਅਦ ਲੋਕਾਂ 'ਚ ਵੀ ਇਹ ਚਰਚਾ ਹੈ ਕਿ ਇਸ ਹਾਈ ਸਿਕਿਉਰਿਟੀ ਕਲੋਨੀ ਦੇ ਵਿੱਚ ਵੀ ਅਸੀਂ ਸੁਰੱਖਿਅਤ ਨਹੀਂ ਨੇ, ਲੋਕਾਂ ਦੇ ਵਿੱਚ ਚਰਚਾ ਦੇਖਣ ਨੂੰ ਮਿਲ ਰਹੀ ਹੈ। ਜਿਸ ਤੋਂ ਬਾਅਦ ਕਿਤੇ ਨਾ ਕਿਤੇ ਪ੍ਰਾਈਵੇਟ ਬਿਲਡਰ ਅਤੇ ਕਲੋਨਾਈਜ਼ਰਾਂ ਦੇ ਵਾਅਦਿਆਂ ਦੇ ਉੱਤੇ ਵੀ ਲੋਕਾਂ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ। ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਨੂੰ ਜਦੋਂ ਇਤਲਾਹ ਮਿਲਦੀ ਹੈ ਤਾਂ ਪੁਲਿਸ ਵੱਲੋਂ ਇਸ ਗੱਡੀ ਦੀ ਭਾਲ ਵੀ ਕੀਤੀ ਜਾਂਦੀ ਹੈ। ਤਾਂ ਹਾਲਾਤ ਹਜੇ ਤੱਕ ਲੋਕਾਂ ਦੇ ਵਿੱਚ ਇਹ ਗੱਡੀ ਚੋਰੀ ਹੋਣ ਤੋਂ ਬਾਅਦ ਪ੍ਰਾਈਵੇਟ ਬਿਲਡਰ ਅਤੇ ਕਲੋਨਾਈਜ਼ਰਾਂ ਦੇ ਉੱਤੇ ਸਵਾਲ ਵੀ ਚੁੱਕ ਰਹੇ ਨੇ ਉੱਥੇ ਹੀ। ਤੁਹਾਨੂੰ ਇਹ ਵੀ ਦੱਸ ਦਈਏ ਕਿ ਅਕਸਰ ਹੀ ਅਜਿਹੀਆਂ ਕਲੋਨੀਆਂ ਦੇ ਵਿੱਚ ਸਿਕਿਉਰਿਟੀ ਗਾਰਡ ਵੀ ਬਾਹਰ ਤੈਨਾਤ ਹੁੰਦੇ ਨੇ ਅਤੇ ਕੋਈ ਵੀ ਜੇਕਰ ਅੰਦਰ ਆਉਂਦਾ ਹੈ ਕਲੋਨੀ ਦੇ ਜਾਂ ਫਿਰ ਜਾਂਦਾ ਹੈ, ਉਸਦੇ ਆਉਣ ਜਾਣ ਦਾ ਸਮਾਂ ਵੀ ਅਕਸਰ ਹੀ ਨੋਟ ਕੀਤਾ ਜਾਂਦਾ ਹੈ ਅਤੇ ਵਹੀਕਲਾਂ ਦੇ ਗੱਡੀ ਨੰਬਰ ਵੀ ਨੋਟ ਕੀਤੇ ਜਾਂਦੇ ਨੇ। ਇਸ ਦੇ ਬਾਵਜੂਦ ਵੀ ਹਾਈ ਸਿਕਿਉਰਿਟੀ ਗੇਟਿਡ ਕਲੋਨੀ ਦੇ ਵਿੱਚ ਦੇਰ ਰਾਤ ਗੱਡੀ ਚੋਰੀ ਹੋਣ ਦੇ ਬਾਅਦ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਡਰ ਦਾ ਮਾਹੌਲ ਵੀ ਦੇਖਣ ਨੂੰ ਮਿਲ ਰਿਹਾ। ਤਾਂ ਦੱਸ ਦਈਏ ਕਿ ਇਸ ਨਾਮੀ ਕਲੋਨੀ ਦਾ ਨਾਂ ਰਾਜਗੜ੍ਹ ਅਸਟੇਟ ਹੈ, ਜਿਸ ਦੇ ਵਿੱਚ ਦੇਰ ਰਾਤ ਚੋਰ ਵੜਦੇ ਨੇ ਅਤੇ ਗੱਡੀ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਤੁਹਾਨੂੰ ਇੱਕ ਵਾਰ ਤਸਵੀਰਾਂ ਦਾ ਰੁੱਖ ਵੀ ਜ਼ਰੂਰ ਕਰਵਾ ਦਿੰਦੇ ਹਾਂ। ਅਕਸਰ ਹੀ ਕਲੋਨਾਈਜ਼ਰ